चलो बाबा जी चलिए एग्जिट नंबर 222 ओंटारियो कनाडा गोइंग फॉर अ कॉफी व्हिच वन मीडियम डबल डबल देसी स्टाइल ਉਤੇ ਦੱਸੋ ਕਿ ਇਹ ਸਟਾਪ ਤੋਂ ਅਗਲਾ ਸਟਾਪ ਆਪਣਾ ਕਿਹੜਾ ਆਪਾਂ ਹੁਣ ਜਾਵਾਂਗੇ ਡਿਟਰੋਇਟ ਬ੍ਰਿਜ ਓਕੇ ਮਿਸ਼ੀਗਨ ਉਸ ਤੋਂ ਬਾਅਦ ਆਪਾਂ ਲਵਾਂਗੇ 75 ਹਾਈਵੇ ਸਾਊਥ ਸਿੱਧਾ ਜਾਊਗਾ ਮਿਆਮੀ ਫਲੋਰੀਡਾ ਚਲੋ ਹਾਂਜੀ ਜਿੱਥੇ 75 ਹਾਈਵੇ ਮੁੱਕੂਗਾ ਉੱਥੋਂ ਤੱਕ ਆਪਾਂ ਜਾਵਾਂਗੇ ਓਕੇ ਅੱਜ ਬਾਰਡਰ ਬਿਜੀ ਆ ਰਾਈ ਨਾਓ ਆਪਾਂ ਹੈਗੇ ਆ ਫਾਸਟ ਲੈਨ ਵਿੱਚ ਉਹ ਵੀ ਆਪਣੇ ਤੋਂ ਇੱਕ ਫਾਸਟ ਕਾਰਡ ਹੈ US ਪ੍ਰੋਵਾਈਡ ਕੀਤਾ ਜਾਂਦਾ ਹੈ ਇਹਦੇ ਮੋਸਟਲੀ ਪਹਿਲਾਂ ਆਟੋ ਕਾਰਡ ਵਾਸਤੇ ਯੂਜ ਕੀਤਾ ਜਾਂਦਾ ਸੀ ਪਰ ਹੁਣ ਫਰੀਡ ਦੇ ਲੋਕ ਵੀ ਜਿਹੜੇ ਹੁੰਦੇ ਆ ਉਸ ਫਾਸਟ ਵਿੱਚ ਚੱਲ ਜਾਂਦੇ ਆ ਓਕੇ ਮੈਨੂੰ ਲੱਗਦਾ ਹੁਣ ਕੈਮਰਾ ਬੰਦ ਕਰਨਾ ਪੈਣਾ ਬਾਰਡਰ 'ਤੇ ਹਾਂਜੀ ਲਓ ਬਾਬਾ ਜੀ ਬ੍ਰਿਜ ਕ੍ਰੋਸ ਕਰਦੇ ਕਰਦੇ ਕੀ ਪ੍ਰੋਕੈਸ਼ਨ ਬੰਦੇ ਨੂੰ ਲੈਣੇ ਚਾਹੀਦੇ ਆ ਜਿੱਦਾਂ ਫੂਡ ਵਾਈਜ਼ ਕਿੱਦਾਂ ਲੈ ਕੇ ਜਾਣਾ ਚਾਹੀਦਾ ਨਹੀਂ ਲੈ ਕੇ ਜਾਣਾ ਫੂਡ ਆਪਾਂ ਸਿਟਰਸ ਫੂਡ ਨਹੀਂ ਖੜਨਾ ਸੰਤਰੇ ਐਪਲ ਡਿਪੈਂਡ ਔਨ ਆਫੀਸਰ ਹੁੰਦਾ ਆ ਇੱਕ ਮੀਟ ਕੱਚਾ ਮੀਟ ਨਹੀਂ ਆਪਾਂ ਕਰ ਸਕਦੇ ਤੇ ਸ਼ੂਗਰ ਪਲਾਂਟ ਨਹੀਂ ਕਰ ਸਕਦੇ ਕਈਆਂ ਅਫਸਰ ਹੁੰਦੇ ਆ ਵੀ ਉਹ ਸਭ ਕੁਝ ਵੇਖ ਲੈਂਦੇ ਆ ਤੁਹਾਡੇ ਤੋਂ ਇੱਥੇ ਵੀ ਫੂਡ ਰਖਾ ਸਕਦੇ ਆ ਸਿਟਰਸ ਫੂਡ ਜਿਹੜੇ ਹੁੰਦੇ ਆ ਸਿਟਰਸ ਜਿੱਦਾਂ ਲਾਈਮ ਆ ਗਿਆ ਲੈਮਨ ਆ ਗਿਆ ਹਾਂ ਹਾਂ ਔਰੇਂਜ ਆ ਗਏ ਪਰ ਇਹਨਾਂ ਦਾ ਰੀਜ਼ਨ ਕੀ ਆ ਰੀਜ਼ਨ ਇਹ ਆ ਕਿਉਂਕਿ ਇਹ USA ਵਿੱਚ ਕਈਆਂ ਥਾਵਾਂ ਦੇ ਪ੍ਰੋਡਕਟ ਜਿਹੜਾ ਇਹ ਜ਼ਿਆਦਾ ਹੁੰਦਾ ਹੈ ਜਾਂ ਇਹ ਪ੍ਰਕੋਸ਼ਨ ਹੁੰਦਾ ਵੀ ਕੋਈ ਬਿਮਾਰੀ ਨਾ ਲੱਗ ਸਕੇ ਜਾਂ ਕੋਈ ਇੱਦਾਂ ਦੇ ਚੀਜ਼ ਨਾ ਆ ਸਕੇ ਜੇ ਸਿਟਰਸ ਫੂਡਾਂ ਦੇ ਜ਼ਿਆਦਾ ਹੁੰਦੀ ਹੈ ਇਸ ਕਰਕੇ ਉਹਦੇ ਨੂੰ ਫਾਰਮਿੰਗ ਕਰਕੇ ਨਹੀਂ ਜਾ ਦਿੰਦੇ ਦੂਸਰੀ ਕਿਉਂਕਿ ਬਾਹਰਲੀਆਂ ਕੰਟਰੀਆਂ ਤੋਂ ਆਉਂਦੇ ਨਾ ਜਿੱਦਾਂ ਗਾਲਾ ਉਹਦੇ ਐਪਲ ਵਗੈਰਾ ਆ ਤਾਂ ਕਰਕੇ ਨਹੀਂ ਆਉਂਦੇ ਅਤੇ ਦੂਸਰਾ ਜਦੋਂ ਬਾਰਡਰ ਕ੍ਰੋਸ ਕਰਨਾ ਆ ਉਦੋਂ ਮੇਕ ਸ਼ੋਰ ਜਦੋਂ ਤੁਸੀਂ ਥੱਲੇ ਚੱਲ ਜਾਂਦੇ ਜੇ ਨਾਂ ਲੈਣਾ ਜ਼ਿਆਦੀਆਂ ਚੇਂਜ ਕਰੋ ਪਹਿਲਾਂ ਡਿਸਾਈਡ ਕਰ ਲਓ ਕਿਹੜੀ ਲਾਈਨ ਵਿੱਚ ਜਾਣਾ ਕਿ ਕਿਉਂਕਿ ਉੱਥੇ ਲਾਈਨਾਂ ਕ੍ਰੋਸ ਕਰਦਿਆਂ ਹੈਪਨ ਵੀ ਹੋ ਜਾਂਦੇ ਆ ਵੀ ਇੱਕ ਦੂਜੇ ਨਾਲ ਹਿੱਟ ਵੀ ਕਰ ਜਾਂਦੇ ਆ ਆਪਣਾ ਪ੍ਰੋਪਰ ਬ੍ਰੇਕ ਦੇ ਪੈਡ ਰੱਖੋ ਕਈ ਨਾਲ ਟਰੱਕ ਮੂਵ ਹੋ ਜਾਂਦੇ ਆ ਹਿੱਟ ਕਰ ਜਾਂਦੇ ਆ ਜਦੋਂ ਅਫਸਰ ਕੋਲ ਜਾਣਾ ਪੇਪਰ ਵਰਕ ਪ੍ਰੋਪਰ ਤੁਹਾਡੇ ਕੋਲ ਹੋਣਾ ਚਾਹੀਦਾ ਟੀਚਿੰਗ ਪਲੇਸ 'ਤੇ ਹੋਣਾ ਚਾਹੀਦਾ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਚੱਲੇ ਦੇ ਤੁਹਾਡੇ ਕੋਲ ਕੀ ਆ ਤਾਂ ਪ੍ਰਪੇਅਰ ਹੋਣੇ ਚਾਹੀਦੇ ਇਹ ਨਹੀਂ ਵੀ ਜਦੋਂ ਅਫਸਰ ਪੁੱਛੇ ਤੁਸੀਂ ਉਦੋਂ ਵੇਖ ਕੇ ਦੱਸਣਾ ਪਹਿਲਾਂ ਪਤਾ ਹੋਣਾ ਚਾਹੀਦਾ ਆਪਣੇ ਡਾਕੂਮੈਂਟ ਔਰ ਦੇਖ ਲਓ ਕਿਹੜਾ ਬਾਰਡਰ ਆ ਤੁਹਾਡੇ ਤੋਂ ਕੀ ਆ ਜੇ ਨਹੀਂ ਪਤਾ ਤਾਂ ਆਪਣੇ ਡਿਸਪਲਾਈ ਤੋਂ ਪੁੱਛਿਆ ਹੋਣਾ ਚਾਹੀਦਾ ਇਹ ਪ੍ਰਕੋਸ਼ਨ ਹੁੰਦੇ ਆ ਤਾਂ ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਵੈਸੇ Welcome to US, Michigan, Detroit. They're taking Highway 94. Yes. ਲਓ ਜੀ ਬਾਬਾ ਸਾਹਿਬ ਨੇ ਬਹੁਤ ਹੀ ਆਸਾਨੀ ਨਾਲ ਬਾਰਡਰ ਕ੍ਰੋਸ ਕਰ ਲਿਆ ਜਿੱਥੇ ਕੋਈ ਮੁਸੀਬਤ ਨਹੀਂ ਆਈ ਤੇ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ USA 'ਚ ਐਂਟਰ ਕਰਨ ਲਈ ਓਕੇ ਜੀ ਅੱਗੋਂ ਮਿਸ਼ੀਗਨ ਸ਼ਹਿਰ ਦਾ ਦਿਖਾਵਾਂਗੇ ਬਹੁਤ ਜਲਦੀ ਓਕੇ ਜੀ ਬਾਏ
Ambassador Bridge. ਬਾਈ ਕਿੱਦਾਂ ਫੀਲ ਹੋ ਰਿਹਾ ਜੀ ਡਿਟਰੋਇਟ ਚ ਆ ਕੇ? ਬਹੁਤ ਵਧੀਆ ਫੀਲ ਹੋ ਰਿਹਾ ਇਸ ਵੇਲੇ, ਕੋਈ ਟ੍ਰੈਫਿਕ ਨਹੀਂ ਆ, ਬਹੁਤ ਸਮੂਥ ਟ੍ਰੈਫਿਕ ਚੱਲ ਰਹੀ ਆ। ਆਲਮੋਸਟ ਕਿੰਨੇ ਕਿਲੋਮੀਟਰ ਦਾ ਸਫ਼ਰ ਆਪਾਂ ਕਰ ਚੁੱਕੇ ਹਾਂ? ਤੇ 400 ਕਿਲੋਮੀਟਰ ਕਰ ਚੁੱਕੇ ਹਾਂ। ਤੇ ਆਪਣੀ ਨਾਈਟ ਸਟੇ ਲੌਗ ਬੁੱਕ ਦੇ ਹਿਸਾਬ ਨਾਲ ਕਿਹੜਾ ਚਾਹੇਗੀ? ਟੱਕੀ ਤੱਕ ਪਹੁੰਚੂਗੀ, ਗੌਰਮਿੰਟ ਦੇ ਟੱਕੀ ਦੇ ਪਹੁੰਚੀ ਸੀ ਉਹ ਇੱਕ ਹੋਇਆ 7 ਘੰਟੇ 2200-2250 ਕਿਲੋਮੀਟਰ। ਗਾਇਸ ਹੁਣ ਆਪਾਂ ਆ ਗਏ ਨੌਰਥ ਬਾਲਟੀਮੋਰ, ਹਾਈਵੇ 75 ਐਗਜ਼ਿਟ 167, ਬਸ ਉਤਰੇ ਹਾਂ ਕਿ ਬਾਵਾ ਜੀ ਫਿਊਲ ਭਰਾਉਣਗੇ। ਅਤੇ ਉਹ ਬਾਵਾ ਜੀ ਕਿੱਦਾਂ ਕਿੱਦਾਂ ਰਹੀ ਡਰਾਈਵਿੰਗ ਤੁਹਾਡੀ? ਆ ਤੁਹਾਨੂੰ ਵਿਖਾਈਏ ਫਿਊਲ ਕਿੱਦਾਂ ਭਰਾਈਦਾ, ਦੱਸੋ ਬਾਵਾ ਜੀ। ਆਫਟਰ ਫਿਲਿੰਗ ਅਪ ਦਾ ਗੈਸ ਗੋਇੰਗ ਬੈਕ ਟੂ ਦਾ ਨੋਰਵੇ ਟਰੈਕਿੰਗ, ਪੀਟਰ ਬੈਲਟ ਮਿਸਟਰ ਬਾਵਾਸ ਫੇਵਰੇਟ ਟਰੈਕ। ਚਲੋ ਬਾਵਾ ਜੀ ਬਾਵਾ ਜੀ ਕਹਿੰਦੇ ਹੁਣ ਮੈਂ ਚਲਾਉਣਾ ਨੀ ਟਰੱਕ, ਹੁਣ ਫਿਰ ਮੇਰੀ ਸ਼ਿਫਟ ਲੱਗੇਗੀ। ਚਲੋ ਆਈਏ ਰੱਬ ਦਾ ਨਾਮ। ਬਾਵਾ ਜੀ ਡਰਾਈਵਰ ਚੇਂਜ, ਡਰਾਈਵਰ ਚੇਂਜ, ਵੈਰੀ ਗੁੱਡ। Just stopped at close to Ocala, Highway 75.
look at the shining face of Mr. Bawa. ਤਾਂ ਬਾਬਾ ਜੀ ਕਿਦਾਂ ਫੀਲ ਹੋ ਰਿਹਾ ਕੈਨੇਡਾ ਆ ਕੇ? ਜੀ ਜੀ ਸੁਣਾਓ ਤਾਂ ਕਿਦਾਂ ਹੋ ਰਿਹਾ? ਵਧੀਆ ਵਧੀਆ. ਆ ਪਾਮ ਟ੍ਰੀ ਅਸਲੀ ਆ ਕਿ ਨਕਲੀ? ਅਸਲੀ ਆ ਜੀ. ਲਓ ਜੀ ਬਾਬਾ ਜੀ ਨੇ ਸਿਰੇ ਸਿਰ ਕਰਤੀ ਗਾਜਰਾਂ ਦੀ ਸਬਜ਼ੀ ਤਿਆਰ, ਨਾਲ ਪਰੌਂਠੀਆਂ ਤੇ ਨਾਲ ਅੰਬ ਦਾ ਅਚਾਰ, ਮਿਕਸਡ ਅਚਾਰ. ਬਾਬਾ ਜੀ ਹੁਲਕੇ ਲਾਉਣੇ ਕਿੱਥੋਂ ਸਿੱਖੇ ਤੁਸੀਂ? ਇਹਦੇ ਵਧੀਆ ਬਚਪਨ ਹੀ ਸਿੱਖ ਲਈ ਕਹਿੰਦਾ ਚੰਨੀ ਵਾਂਗੂ ਤੁਸੀਂ ਵੀ 4 ਸਾਲ ਢਾਬੇ ਦੇ ਕੰਮ ਕੀਤਾ. ਫੁੱਲ ਗਈ ਟੈਂਡਮ ਸੈੱਟ ਹੋ ਰਹੇ ਟਰੱਕ ਦੇ, ਫਾਈਨਲੀ ਪਹੁੰਚ ਗਏ ਮਿਆਮੀ ਐਮਾਜ਼ੋਨ. ਸੋ ਹੁਣੇ ਟਰੱਕ ਡਿਲੀਵਰ ਕਰਕੇ ਫਿਰ ਜਾਵਾਂਗੇ ਪਿਕਅਪ ਵਾਸਤੇ. ਚੀਅਰਸ ਬਾਬਾ ਜੀ. 3 ਦਿਨ ਦੀ ਥਕਾਵਟ ਤੋਂ ਬਾਅਦ ਨਜ਼ਾਰੇ ਫੁੱਲ. ਆਓ ਜੀ ਆ ਤੈਨੂੰ ਬਾਹਰ ਵਿਖਾਈਏ ਕਿੱਡੀ ਵਧੀਆ ਲੋਕੇਸ਼ਨ 'ਤੇ ਸਾਡਾ ਟਰੱਕ ਆ. ਹੈਲੋ ਜੀ ਬਾਬਾ ਜੀ, ਚਾਹ ਬਣਾ ਰਹੇ ਹਾਂ, ਲੋਡ ਪਿਕ ਕਰਨ ਦੀ ਵੇਟ ਕਰ ਰਹੇ ਹਾਂ ਸਵੇਰ ਦੀ. ਪਤਾ ਨਹੀਂ ਕਦੋਂ ਮਿਲੂਗਾ ਕਦੋਂ ਨਹੀਂ. ਹਵਾ ਚੱਲ ਰਹੀ ਆ ਬਹੁਤ ਵਧੀਆ, ਨਾਲ ਕਾਰਗੋ ਟ੍ਰੇਨ ਵਾਲਾ ਡਰਾਈਵਰ ਵੀ ਵਿਚਾਰਾ ਚਾਹ ਬਣਾਉਂਦਾ ਹੋਣਾ ਬਹਿ ਕੇ, ਉਹ ਵੀ ਲੋਡ ਲੈਣ ਆਇਆ, ਉਹਨੂੰ ਵੀ ਨਹੀਂ ਮਿਲਿਆ ਟ੍ਰੇਨ ਵਾਲੇ ਨੂੰ ਵੀ. ਬਾਬਾ ਜੀ ਕਿਹੜੀ ਚਾਹ ਬਣਾ ਰਹੇ ਹੋ? ਬਲੈਕ ਟੀ ਆ, ਗੁੜ ਪਾ ਕੇ ਗੁੜ ਵਾਲੀ ਚਾਹ ਬਣਾਉਂਦਾ. ਵਾਹ
ਨਜ਼ਾਰੇ ਲਾਚੀ ਵਾਲਾ ਗਈ ਲਾਚੀਆਂ ਲੱਭ ਗਿਆ ਲਾਚੀਆਂ ਲਓ ਬਾਬਾ ਜੀ ਲਾਚੀਆਂ ਫੜਦੀ ਲਿਆਂਦੀ ਤਾਂ ਕਿਸ ਨਾਲ ਲਿਆਂਦੀਆਂ ਨੇ ਤਿੰਨ ਚਾਰ